बिस्मिल्लाहिर्रहमानिर्रहीम, अस्सलाम अलैकुम। मैं अमरत से अपना यूट्यूब चैनल अमर वकास ऑफिशियल तकन के उम्मीद करना सारे भैन भरा ठीक ठाक हो। अल्लाह का मैं दुआ है कि अल्लाह ताला तंगी देर खुशियन सी फरमाए, अल्लाह ताला तंगी 2009 कामयाबियाँ अता फरमाए। एक और खूबसूरत जी वीडियो लैके सारे भैन भरावान खिदमत हाजिर हाँ। इस टाइम मैं मौजूद हाँ बिंबर शहर में, जैसा कि तुम मेरी बैक साइड है बोर्ड भी नज़र आवन लगे लगे। बिंबर शहर इतों 1 किलोमीटर है और समान इतू 29 किलोमीटर है। आज की जी मेरी वीडियो है, इंशाल्लाह तुसा कि मैं पूरे बिंबर शहर नहीं सैर करवा सा। इतना मैं बिंबर शहर जाया सा, कोई एक दो काम सर वो काम भी करने हैं, तो नाल मैं सोचा कि काफ़ी अर्सा हो गया बिंबर शहर ने वीडियो बना के सारे भैन भरावान शेयर कित, अज बिंबर शहर ने वीडियो बनाने नाले कराने तुम्हें बिंबर शहर नहीं सैर। वीडियो शुरू करने से पहले सारे भैन भरावान एक छोटी जी रिक्वेस्ट है, जिन्हें अज तक मेरे चैनल की सब्सक्राइब नहीं किया मेरे चैनल की सब्सक्राइब कर छोड़ो, नाल जो बैल आइकन है ये लाजमी प्रेस कर छोड़ो। तो हूँ चलने बिंबर शहर, तो बाकी गलबात चल के बिंबर शहर होनी है। इस टाइम मैं कचहरी चौक मौजूद हाँ, यह जी रोड मेरी दाएं तरफ जानी है, कचहरी वाले पास जानी है और सामने तुम्हें दस पायर कॉलेज नजर आवन अगे है। हूँ बिंबर शहर की तरफ जाना पाया, जरा मेन मरकज है बिंबर शहर ना। इधर मेरी दाएं तरफ फ्रूट नहीं है, सब्जी नहीं है, रेड़ियाँ लगी हैं नजर आवन लगी हैं। इधर सन अवैस कैफे एंड रेस्टोरेंट बने हैं। इधर दुकाना अच्छी नजर आवन लगी हैं। मेरी दाएं तरफ भी प्लाजा बने हैं। बिंबर आजाद कश्मीर ना जिला भी है और तहसील ना दर्जा भी हासिल है, और आजाद कश्मीर ने जो पुराने शहर हैं उन्होंने एक आवना है। बिंबर शहर है जरा ये आजाद कश्मीर और पाकिस्तान ना मिलाने वाला शहर है दोवे की आपे विच। बिंबर ने जी बाएं तरफ है कोटला, वो पंजाब विच है और बिंबर तो आजाद कश्मीर ना आगाज होना। इधर संगी सब्जी फ्रूट मुख्तलिफ रेड़ियाँ नजर आवन लगी हैं और हूँ असी जा रहे हैं सामने मीरपुर चौक वाली तरफ है, जरा मैन मरकज है बिंबर शहर ना वो एरिया है। इधर दुकाना से नजर आवन लगी हैं। सामने आ गई है लेफ्टिनेंट खलील शहीद चौक, आजकल नाम चेंज हो गए है। हूँ चलने चौक नहीं दूसरी तरफ
ਮੈਨ ਬਾਜ਼ਾਰ ਵਾਲੀ ਤਰਫ ਇੱਧਰ ਦੁਕਾਨਾਂ ਔਰ ਰਾਸ਼ਨੀ ਸੁਵਿਧਾ ਸਹੀ ਨਜ਼ਰ ਆਉਣ ਲੱਗੀ ਹੈ। ਇਹ ਮੇਨ ਰੋਡ ਹੈ ਜਿਹੜੀ ਸਮਾਣੀ ਵਾਲੀ ਤਰਫ ਜਾਣੀ ਹੈ। ਇੱਧਰ ਪਿਆਜ਼ 600 ਰੁਪਇਆ ਧੜੀ ਵਿਕਣਾ ਕਿ ਇਹ ਹੋਟਲ ਹੈ ਜੀ ਖਾਲਦ ਟੈਂਚਨਾ ਦਈ ਰੈਸਟੋਰੈਂਟ। ਔਰ ਮੇਰੀ ਬਾਈ ਤਰਫ ਅਮਨ ਆਬਾਦੀ ਬਰਫੀ ਇਧਰ ਸੰਗੀ ਕਰਾਚੀ ਨਸੀਬ ਬਿਰਿਆਨੀ ਨਜ਼ਰ ਆਉਣ ਲੱਗੀ ਹੈ। ਹੋਰ ਬਿੰਬਰਨੀ ਮਸ਼ਹੂਰ ਮਰੂਫ ਬੇਕਰੀ ਹੈ ਸ਼ਾਨ ਸਵੀਟਸ ਐਂਡ ਬੇਕਰਸ ਸਾਹਮਣੇ ਸਹੀ ਨਜ਼ਰ ਆਉਣ ਲੱਗੀ ਹੈ। ਇੱਧਰ ਦੁਕਾਨਾਂ ਨਜ਼ਰ ਆਉਣ ਲੱਗੀਆਂ ਹਨ ਔਰ ਰੋਡ ਉੱਪਰ ਕਾਫੀ ਰਸ਼ ਹੈ ਇਸ ਟਾਈਮ। ਗੋਸ਼ਤ ਦਾ ਰੇਟ ਹੈ ਜੀ ਅੱਜ 590 ਰੁਪਏ ਭਿੰਬਰ ਸ਼ਹਿਰ ਵਿੱਚ। ਇਹ ਰੋਡ ਜਿਹੜੀ ਹੈ ਪੁਰਾਣੀ ਕਚਹਿਰੀਆਂ ਜਾਣੀ ਹੈ ਭਿੰਬਰ ਬਾਜ਼ਾਰ ਵੱਲ ਇੱਧਰ ਵੀ ਚੱਲੇ ਹਾਂ। ਪਹਿਲਾਂ ਤੁਸਾਂ ਕਿ ਜਿਹੜੀ ਮੇਨ ਰੋਡ ਹੈ ਸਮਾਣੀ ਰੋਡ ਹੈ ਇਸ ਨਾਲ ਵਿਜ਼ਿਟ ਕਰਵਾ ਛੁੜੀਏ। ਇੱਧਰ ਵੀ ਸਬਜ਼ੀ ਫਰੂਟ ਹੀ ਰੇਹੜੀ ਲੱਗੀ ਹੈ। ਇਹ ਮੇਨ ਰੋਡ ਹੈ ਜਿਹੜੀ ਸਮਾਣੀ ਜਾਣੀ ਹੈ ਔਰ ਹੁਣ ਚੱਲਣੇ ਹਾਂ ਬਾਜ਼ਾਰ ਨੇ ਅੰਦਰ ਤਾਂ ਤੁਸੀਂ ਕਰਵਾਉਣੇ ਹਾਂ ਭਿੰਬਰ ਬਾਜ਼ਾਰ ਨੇ ਜਿਹੜਾ ਅੰਦਰ ਮੇਨ ਮਰਕਜ਼ ਹੈ ਉਸਨੀ ਸ਼ਹਿਰ ਸਾਹਮਣੇ ਤੁਸਾਂ ਕਿ ਸ਼੍ਰੀ ਮਹਿਲ ਸਵੀਟਸ ਐਂਡ ਬੇਕਰ ਨਜ਼ਰ ਆਉਣ ਲੱਗੀ ਹੈ। ਭਿੰਬਰ ਦੀ ਸਭ ਤੋਂ ਪੁਰਾਣੀ ਔਰ ਮਸ਼ਹੂਰ ਬੇਕਰੀ ਹੈ। ਹੁਣ ਚੱਲਣੇ ਹਾਂ ਜੀ ਬਾਜ਼ਾਰ ਨਹੀਂ ਅੰਦਰ ਮੈਨ ਬਾਜ਼ਾਰ ਵਿੱਚ ਤੱਕਣੇ ਆ ਕਿ ਸੂਰਤ ਵਾਲ ਇੱਧਰ ਮੁਰਗ ਗੋਸ਼ਤ ਮਿਲਣ ਲੱਗੇ ਆ ਜੀ। ਇਸ ਤਰ੍ਹਾਂ ਰਸ਼ ਪਏ ਆ ਜੀ ਆਖਣਾ ਫਰੀ ਦੇਣ ਲੱਗੇ 590 ਰੁਪਏ ਰੇਟ ਇਸ ਨਾਲ। ਇੱਧਰ ਜਨਾਬ ਆਲੂ ਸੋਰੀ ਕੇਲਾ ਅੰਬ ਵਗੈਰਾ ਫਰੂਟ ਹਨ। ਇੱਧਰ ਤਾਜ਼ਾ ਸਬਜ਼ੀ ਇੱਧਰ ਅੱਗੇ ਡੱਬਾ ਖਲਤੇ ਹੈ। ਇਹ ਪੁਰਾਣੀ ਕਚਹਿਰੀਆਂ ਰੋਡ ਹੈ ਜਿਸ ਤੇ ਅਸੀਂ ਹੁਣ ਸਫ਼ਰ ਕਰਨ ਲੱਗੇ ਹਾਂ। ਸਾਹਮਣੇ ਅੱਡਾ ਆ ਗਿਆ ਗੱਡੀਆਂ ਨਾਲ ਸਰਗੋਦ ਦਾ ਬਵਾਲ ਬਰਾਹ ਰਾਸਤਾ ਗੁਜਰਾਤ। ਇੱਧਰ ਜਨਾਬ ਗੱਡੀਆਂ ਖਲਤੀਆਂ ਮੇਨ ਬੱਸਾਂ ਜਿਹੜੀਆਂ ਡੱਬੇ
ਬਾਜ਼ਾਰ ਇਸ ਟਾਈਮ ਅਸੀਂ ਇੰਟਰ ਹੋ ਗਏ ਹਾਂ। ਮੈਂ ਬਰਸ਼ਾ ਨੀ ਗਲੀਆਂ ਸਾਈ ਨਜ਼ਰ ਆਉਣ ਲੱਗੀ ਕਿ ਜੀ ਇਹਦੇ ਦੁਕਾਨਾਂ ਤਾਂ ਕੱਪੜੇ ਜੁੱਤੀਆਂ ਹਰ ਤਰ੍ਹਾਂ ਦੀ ਦੁਕਾਨਾਂ ਮੌਜੂਦ ਹਨ। ਸਾਹਮਣੇ ਸਕੂਲ ਬੈਗ ਕਾਲਜ ਬੈਗ ਵਗੈਰਾ 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 ਇਹਦੇ ਸਾਹਮਣੇ ਜਾਮਾ ਮਸਜਿਦ ਹੈ। ਹੁਣ ਅਸੀਂ ਜੀ ਬਿੰਬਰ ਸ਼ਹਿਰ ਨੇ ਦੂਸਰੀ ਗਲੀ 'ਚ ਮੌਜੂਦ ਹਾਂ ਔਰ ਸਾਹਮਣੇ ਸਹੀ ਦੁਕਾਨਾਂ ਨਜ਼ਰ ਆਉਣ ਲੱਗੀਆਂ ਹਨ। ਮਾਸ਼ਾਅੱਲਾ ਹਰ ਤਰ੍ਹਾਂ ਦੀ ਦੁਕਾਨ ਮੌਜੂਦ ਹੈ ਬਿੰਬਰ ਸ਼ਹਿਰ ਵਿੱਚ। ਇੱਧਰ ਬਾਟਾ ਇਸ ਦੁਕਾਨਾਂ ਨਜ਼ਰ ਆਉਣ ਲੱਗੀਆਂ ਨੇ ਜੀ। ਬੋਰਡ ਲੱਗੀ ਹੈ ਤਸਕੀਨ ਲਹਿੰਗਾ ਸ਼ਰਵਾਨੀ ਹਾਊਸ। ਇਹਦੇ ਸਾਹਮਣੇ ਪਲਾਜ਼ਾ ਬਣਿਆ ਹੈ, ਜ਼ੇਬ ਮਾਰਕੀਟ ਹੈ। ਬਿੰਬਰ ਸ਼ਹਿਰ ਵਿੱਚ ਕੱਪੜੇ ਜੁੱਤੀਆਂ ਨਾਲ ਤਗੜੀ ਮਾਰਕੀਟ ਔਰ ਤਗੜਾ ਬ੍ਰਾਂਡ ਮੌਜੂਦ ਹੈ। ਤਕਰੀਬਨ ਹਰ ਤਰ੍ਹਾਂ ਦੀ ਦੁਕਾਨ ਬਿੰਬਰ ਸ਼ਹਿਰ ਵਿੱਚ ਮੌਜੂਦ ਹੈ। ਛਲੀਆਂ ਵਾਲਾ ਜਾ ਰਿਹਾ ਜੀ, ਸਪੀਕਰ ਲਾਏ ਅਸ ਇਸ ਟਾਈਮ ਅਸੀਂ ਦੁਬਾਰਾ ਲੈਫਟੀਨੈਂਟ ਖਲੀਲ ਸ਼ਹੀਦ ਚੌਕ ਵਿੱਚ ਪਹੁੰਚ ਆਏ ਹਾਂ ਜੀ। ਰੋਡ ਜਾਣ ਲੱਗੀ ਹੈ ਜਾਤਲਾ ਮੀਰਪੁਰ ਵਾਲੇ ਪਾਸੇ ਜਾਣੀ ਹੈ ਕੋਈ ਉਂਗਲੀ ਵਾਲੂ ਬਹਾਰਾ ਸ਼ਰਬਤ ਕਿਆ ਹਾਲ ਹੈ ਬੱਚੇ ਠੀਕ ਹੈ? ਅੱਛਾ ਇਸ ਟਾਈਮ ਜਿਹੜੀ ਰੋਡ ਤੇ ਅਸੀਂ ਜਾ ਰਹੇ ਹਾਂ ਇਹ ਰੋਡ ਜਾਣੀ ਹੈ ਭਾਈ ਸਿੱਧੀ ਜਾਤਲਾ ਵਾਲੀ ਤਰਫ ਔਰ ਮੀਰਪੁਰ ਵਾਲੀ ਤਰਫ ਹੈ। ਇਸ ਕੀ ਜਾਤਲਾ ਮੀਰਪੁਰ ਰੋਡ ਵੀ ਆਖਣੇ ਨੇ ਔਰ ਇੱਧਰ ਵੀ ਬਾਜ਼ਾਰ ਨਾਲ ਕੁਝ ਹਿੱਸਾ ਹੈਗਾ ਬਿੰਬਰ ਸ਼ਹਿਰ ਨਾਲ। ਸਾਹਮਣੇ ਅਸੀਂ ਦੁਕਾਨਾਂ ਰਿਕਸ਼ੇ ਵਗੈਰਾ ਨਜ਼ਰ ਆਉਣ ਲੱਗੇ। ਉਸ ਤੋਂ ਇਲਾਵਾ ਗੱਡੀਆਂ ਵਾਲੀਆਂ ਵਰਕਸ਼ਾਪਾਂ
ਸਾਹਮਣੇ ਕੋਈ ਨਜ਼ਰ ਆਉਣ ਗਈਆਂ। ਫਿਰ ਖਾਨ ਸਾਹਿਬ ਐਨਕਾਂ ਦੇ ਪਰਨੇ ਵੇਚਣ ਗਏ ਇਸ ਟਾਈਮ ਸਾਂਗੀ ਭਿੰਬਰ ਸ਼ਹਿਰ ਦਾ ਪੂਰਾ ਵਿਊ ਨਜ਼ਰ ਆਉਣ ਗਿਆ ਸੀ। ਅੱਜ ਮੌਸਮ ਵੀ ਬੜਾ ਪਿਆਰਾ ਹੈ ਔਰ ਜੈਸਾ ਕਿ ਸਾਂਗੀ ਨਜ਼ਰ ਆਉਣ ਗਿਆ ਤਕਰੀਬਨ ਪੂਰਾ ਭਿੰਬਰ ਸ਼ਹਿਰ। ਇਸ ਟਾਈਮ ਮੈਂ ਮੌਜੂਦ ਹਾਂ ਸੇਰਲੇ ਵਾਲੇ ਵਿਊ ਪੁਆਇੰਟ ਉੱਪਰ। ਸਾਹਮਣੇ ਸਾਂਗੀ ਰੋਡ ਨਜ਼ਰ ਆਉਣ ਲੱਗੀ ਹੈ, ਇਹ ਰੋਡ ਭਿੰਬਰ ਸ਼ਹਿਰ ਵਾਲੇ ਪਾਸੇ ਜਾਣੀ ਹੈ ਭਾਈ, ਔਰ ਇਸ ਤਰਫ ਜਾਤਲਾ ਮੀਰਪੁਰ ਵਾਲੇ ਪਾਸੇ ਰੋਡ ਆਉਣੀ ਹੈ ਭਾਈ। ਇਹ ਜਿਹੜੀ ਜਗ੍ਹਾ ਹੈ ਸੇਰਲਾ ਵਿਊ ਪੁਆਇੰਟ ਹੈ ਔਰ ਇੱਥੋਂ ਸਾਂਗੀ ਭਿੰਬਰ ਸ਼ਹਿਰ ਦਾ ਪੂਰਾ ਵਿਊ ਨਜ਼ਰ ਆਉਣ ਲੱਗੇ ਹੈ। ਉਮੀਦ ਕਰਨਾ ਅੱਜ ਦੀ ਭਿੰਬਰ ਸ਼ਹਿਰ ਦੀ ਵੀਡੀਓ ਸਾਰਿਆਂ ਭੈਣ ਭਰਾਵਾਂ ਦੀ ਪਸੰਦ ਆਈ ਹੋ ਸੀ। ਬਹੁਤ ਜਲਦ ਨਵੀਂ ਵੀਡੀਓ ਲੈ ਕੇ ਦੁਬਾਰਾ ਸਾਰੇ ਭੈਣ ਭਰਾਵਾਂ ਦੀ ਖਿਦਮਤ ਵਿੱਚ ਹਾਜ਼ਰ ਹੋ ਸਾਂ। ਜਿਨ੍ਹਾਂ ਭੈਣ ਭਰਾਵਾਂ ਅੱਜ ਤੱਕ ਮੇਰੇ ਚੈਨਲ ਕੀ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਕੀ ਸਬਸਕ੍ਰਾਈਬ ਕਰ ਛੋੜੋ, ਨਾਲ ਜਿਹੜਾ ਬੈੱਲ ਆਈਕਨ ਹੈ ਇਹ ਲਾਜ਼ਮੀ ਪ੍ਰੈਸ ਕਰ ਛੋੜੋ। ਔਰ ਅਗਰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਮੇਰੀ ਵੀਡੀਓ ਕੀ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ ਆਪਣੇ ਭੈਣਾਂ ਭਰਾਵਾਂ ਅਤੇ ਆਪਣੇ ਦੋਸਤਾਂ 'ਚ। ਬਹੁਤ ਜਲਦ ਨਵੀਂ ਵੀਡੀਓ ਲੈ ਕੇ ਦੁਬਾਰਾ ਸਾਰੇ ਭੈਣ ਭਰਾਵਾਂ ਦੀ ਖਿਦਮਤ ਵਿੱਚ ਹਾਜ਼ਰ ਹੋ ਸਾਂ। ਤਦ ਤੱਕ ਵੀ ਇਜਾਜ਼ਤ ਦਿਓ, ਆਪਣੀਆਂ ਦੁਆਵਾਂ ਯਾਦ ਰੱਖੇ, ਅੱਲਾ ਸੁਣਨੇ ਵਾਲਾ ਹੈ।